ਫਿਰੋਜ਼ਪੁਰ 'ਚ ਵੱਡਾ ਸੜਕ ਹਾਦਸਾ ਵਾਪਰਿਆ। ਸੰਘਣੀ ਧੁੰਦ ਕਰਕੇ ਫਿਰੋਜ਼ਪੁਰ ਫਾਜ਼ਿਲਕਾ GT ਰੋਡ 'ਤੇ ਸੰਘਣੀ ਧੁੰਦ ਕਰਕੇ ਬੱਸ ਤੇ ਟਰੱਕ ਦੀ ਟੱਕਰ ਹੋਈ। ਆਹਮੋ ਸਾਹਮਣੇ ਬੱਸ ਤੇ ਟਰੱਕ ਇੱਕ ਦੂਜੇ 'ਚ ਟਕਰਾ ਜਾਂਦੇ ਨੇ। ਇੱਕ ਪਾਸੇ ਜਿੱਥੇ ਬੱਸ ਤੇ ਟਰੱਕ ਦੀ ਟੱਕਰ ਹੁੰਦੀ ਹੈ ਤੇ ਉੱਥੇ ਹੀ ਪਿੱਛੇ ਕਈ ਹੋਰ ਵਾਹਨ ਵੀ ਇੱਕ ਦੂਜੇ 'ਚ ਵੱਜਦੇ ਨੇ, ਜਿਸ ਕਰਕੇ ਜਾਨੀ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ, ਪਰ ਬੱਸ ਡਰਾਈਵਰ ਤੇ ਜਿਹੜੇ ਟਰੱਕ ਦੇ ਡਰਾਈਵਰ ਨੇ ਉਹਨਾਂ ਦੇ ਜ਼ਰੂਰ ਸੱਟਾਂ ਲੱਗੀਆਂ, ਉਹ ਜ਼ਰੂਰ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੋ ਪਿਛਲੇ ਕਈ ਦਿਨ ਮੌਸਮ ਜਿਹੜਾ ਉਹ ਸਾਫ਼ ਰਿਹਾ, ਪਰ ਮੁੜ ਤੋਂ ਅੱਜ ਸੰਘਣੀ ਧੁੰਦ ਪਈ, ਜਿਸ ਸੰਘਣੀ ਧੁੰਦ ਕਰਕੇ ਹਾਦਸਾ ਜਿਹੜਾ ਉਹ ਵਾਪਰਿਆ। ਤਸਵੀਰਾਂ ਤੁਹਾਨੂੰ ਉਸ ਥਾਂ ਦੀਆਂ ਦਿਖਾ ਰਹੀਆਂ ਜਿੱਥੇ ਘਟਨਾ ਵਾਪਰੀ। ਮੌਕੇ ਤੇ ਜਿਹੜੇ ਲੋਕ ਮੌਜੂਦ ਸੀ ਉਹਨਾਂ ਕਿਸ ਤਰੀਕੇ ਦੇ ਨਾਲ ਹਾਦਸਾ ਵਾਪਰਿਆ ਜਾਂ ਫਿਰ ਕਿਵੇਂ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ, ਪੂਰਾ ਮਾਮਲਾ ਕੀ, ਇੱਕ ਵਾਰ ਉਹ ਸੁਣਦੇ ਹਾਂ। ਇਹ ਗਾੜੀ ਜੋਧਪੁਰ ਸੇ ਆ ਰਹੀ ਸੀ ਤੋ ਜੰਮੂ ਜਾ ਰਹੀ ਸੀ, ਤੋ ਟਰੱਕ ਹਾਦਸਾ ਹੋਇਆ, ਟਰੱਕ ਕੇ ਸਾਥ ਟੱਕਰ ਹੋਈ ਇਸਕੀ, ਆਮਨੇ ਸਾਹਮਣੇ ਇੱਕਦਮ, ਮੈਂ ਵੀ ਅੰਦਰ ਹੀ ਥਾ ਗਾੜੀ ਕੇ ਅੰਦਰ ਹੀ, ਸੁਬਹ 4 ਵਜੇ ਹੋਇਆ। ਕਿੰਨੀਆਂ ਸਵਾਰੀਆਂ ਸੀ ਇਸਮੇ? 30-35 ਸਵਾਰੀ ਥੀ। ਕਹਾਂ ਜਾ ਰਹਾ ਥਾ? ਇਹ ਜੰਮੂ ਜਾ ਰਹੀ ਥੀ। ਯਾਤਰਾ ਕੇ ਲਈ? ਨਹੀਂ ਨਹੀਂ, ਇਸ ਤਰ੍ਹਾਂ ਹੀ ਸਵਾਰੀ ਹੈ, ਸਵਾਰੀ ਸਲੀਪਰ ਹੈ ਨਾ ਗਾੜੀ। ਨੁਕਸਾਨ ਤਾਂ ਹੋਇਆ ਹੀ, ਆਪਣੇ ਸਾਹਮਣੇ ਕਾਫੀ ਹੋਇਆ ਨੁਕਸਾਨ, ਨਹੀਂ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ, ਬਾਕੀ ਹਾਂ ਡਰਾਈਵਰ ਕੋਲ ਲੱਗੀ ਹੈ ਸੱਟਾਂ, ਬਾਕੀ ਸਵਾਰੀਆਂ ਮਾੜੀ ਮੋਟੀ ਲੱਗੀ, ਹਾਂ ਬਚਾਅ ਹੋ ਗਿਆ ਸੀ। ਅੱਜ ਬਹੁਤ ਵੱਡਾ ਜ਼ਿਆਦਾ ਜੀ ਕੋਟੀ ਰਾਏ ਸਾਹਿਬ ਪਿੰਡ ਦੇ ਮੋੜ ਦੇ ਉੱਤੇ ਨੁਕਸਾਨ ਹੋਇਆ ਜੀ। ਆਹਮਣੇ ਸਾਹਮਣੇ ਬੱਸਾਂ ਵੱਜੀਆਂ, ਇਹਨਾਂ ਬੱਸਾਂ ਵੱਜਣ ਦੇ ਬਾਵਜੂਦ ਇੰਨੀ ਧੁੰਦ ਦੇ ਵਿੱਚ ਪਿੱਛੇ ਹੋਰ ਵੀ ਲੋਕ ਬਹੁਤ ਜ਼ਿਆਦਾ ਨੁਕਸਾਨੇ ਗਏ ਨੇ, ਬਹੁਤ ਕੈਂਟਰ ਅਤੇ ਬੱਸ ਦੀ ਆਹਮਣੇ ਸਾਹਮਣੇ ਟੱਕਰ ਹੋਈ ਜੀ। ਗੰਗਾਨਗਰ ਤੋਂ ਬੱਸ ਆ ਰਹੀ ਸੀਗੀ, ਜੰਮੂ ਜਾਣੀ ਸੀਗੀ, ਇਹ ਸੁਬਹਾ 3 ਵਜੇ ਨੁਕਸਾਨ ਹੋਇਆ ਜੀ। ਜਦੋਂ ਅਸੀਂ ਖੜਕੇ ਦੀ ਆਵਾਜ਼ ਸੁਣੀ, ਅਸੀਂ ਸਾਰੇ ਲੋਕ ਇੱਥੋਂ ਭੱਜ ਕੇ ਨਿਕਲ ਕੇ ਸਵਾਰੀਆਂ ਸਾਰੀਆਂ ਕੱਢੀਆਂ ਜੀ ਵਿੱਚੋਂ, ਬਾਕੀ ਜਾਨੀ ਮਨੀ ਨੁਕਸਾਨ ਡਰਾਈਵਰ ਦੇ ਸੱਟਾਂ ਨੇ, ਦੋਨਾਂ ਗੱਡੀਆਂ ਦੇ ਡਰਾਈਵਰਾਂ ਦੇ ਸੱਟਾਂ ਨੇ, ਬਾਕੀ ਸਾਰੀਆਂ ਸਵਾਰੀਆਂ ਸੇਫ ਨੇ, ਕੱਢ ਲਏ ਗਏ ਨੇ। ਸਹੀ ਸਲਾਮ। ਹਮ ਸੋਇਲਾ ਸੇ ਆਏ, ਗਾੜੀ ਜੋਧਪੁਰ ਸੇ ਆਈ ਥੀ। ਅੱਛਾ, ਇਹ ਬੱਸ ਮੇ ਥੇ ਆਪ? ਹਾਂਜੀ ਹਾਂਜੀ, ਸਾਥ ਹੀ ਥੇ ਹਮ। ਆਗੇ ਬੈਠੇ ਹੀ ਪਿੱਛੇ ਬੈਠੇ ਥੇ ਆਪ? ਬੀਚ ਮੇ ਹੀ? ਨਹੀਂ ਆਗੇ ਨਹੀਂ, ਪਿੱਛੇ, ਬੀਚ ਮੇ ਹੀ। ਬੀਚ ਮੇ ਬੈਠੇ ਥੇ? ਹਾਂਜੀ। ਜਬ ਹਾਦਸਾ ਹੁਆ ਕਿਆ ਆਪਕੋ? ਹਾਂਜੀ, ਇੱਕਦਮ ਬ੍ਰੇਕ ਲਗੇ, ਬਚੀੜਾ ਲਗਾ ਜ਼ੋਰ ਸੇ। ਬੱਸ ਟਕਰਾ ਗਈ? ਹਾਂ ਟਕਰਾਈ, ਸਾਹਮਣੇ ਦੋਨੋਂ ਗਾੜੀ, ਉਹ ਟਰੱਕ ਤੀ ਸਾਹਮਣੇ। ਆਪ ਵੀ ਘਬਰਾ ਗਏ ਕਿਆ? ਹਾਂ ਤਾਂ ਘਬਰਾਉਣਾ ਤਾਂ ਥਾ ਹੀ, ਫਿਰ ਘਬਰਾ ਤਾਂ ਕੌਣ ਨਹੀਂ ਘਬਰਾਏਗਾ ਅੰਦਰ। ਫਿਰ ਹਮਨੇ ਫਿਰ ਨਿਕਾਲਾ ਬਾਹਰ, ਬਹੁਤ ਸ਼ੋਰ ਮਚਾ ਥਾ ਅੰਦਰ ਨਿਕਾਲਨੇ ਕੇ ਲਈ। ਹਾਂ ਬਚਾਓ ਬਚਾਓ ਬਚਾਓ, ਫਿਰ ਆਏ ਸਾਰੇ ਘਰ ਵਾਲੇ, ਇਹ ਪਾਸ ਘਰ ਵਾਲੇ ਆਏ ਵਿਚਾਰੇ ਸਾਰੇ, ਫਿਰ ਇਹਨਾਂ ਨੇ ਸਾਰਿਆਂ ਨੇ ਬਚਾਇਆ, ਫਿਰ ਨਿਕਾਲਾ ਬਾਹਰ, ਫਿਰ ਬਾਰਿਸ਼ ਸੇ ਨਿਕਲੇ ਹਮ ਤੋ। ਇਹ ਬੱਸ ਕਹਾਂ ਜਾ ਰਹੀ ਸੀ? ਇਹ ਜੰਮੂ ਜਾ ਰਹੀ ਸੀ, ਹਾਂ ਅੰਮ੍ਰਿਤਸਰ ਹੋ ਕੇ ਜੰਮੂ। ਜ਼ਖਮੀ ਨਹੀਂ ਹੈ? ਬਚ ਗਏ? ਸਭ ਬਚ ਗਏ, ਇੱਕ ਡਰਾਈਵਰ ਕੋ ਲੱਗੀ ਹੈ ਬਸ। ਕੀ ਭਗਵਾਨ ਕਾ ਬਖਸ਼? ਭਗਵਾਨ ਕਾ ਸ਼ੁਕਰ ਮਨਾਤੇ, ਮਾਤਾ ਰਾਣੀ ਕਾ, ਮਾਤਾ ਰਾਣੀ ਕਾ ਆਪਣਾ, ਜਗਤੰਬਾ ਮਾਤ ਭਵਾਨੀ ਕਾ, ਚਾਉਂਡਾ ਮਾਂ ਕਾ, ਮਾਜੀਸਾ ਕਾ, ਇਨਕਾ ਸ਼ੁਕਰ ਮਨਾਤੇ। ਹਾਸਾ ਬੜਾ, ਬਹੁਤ ਹਾਸਾ ਥਾ, ਇਸਮੇ ਕੌਣ ਬਚਣਾ ਥਾ, ਕੋਈ ਮਾਤਾ ਰਾਣੀ ਕਾ ਸਾਥ ਥਾ ਔਰ ਭਗਵਾਨ ਕਾ ਸਾਥ ਥਾ, ਔਰ ਹਮ ਵੀ ਮਾਤਾ ਟੇਕ ਕੇ ਆਏ, ਜਸੋਲ ਜਾ ਕੇ ਆਏ ਹਮਾਰੇ ਮਾਤਾ ਕੇ, ਬਸ ਉਨੀ ਕਾ ਹੀ ਕੋਈ ਸ਼ੁਕਰ ਥਾ। ਹਾਂਜੀ, ਜਾਨ ਬਚ ਗਈ? ਜਾਨ ਬਚ ਗਈ ਜੀ। ਬੱਚੇ ਵੀ ਥੇ? ਬੱਚੇ ਨਹੀਂ ਥੇ ਹਮਾਰੇ ਸਾਥ, ਐਸੇ ਬਾਕੀ ਥੀ ਸਵਾਰੀਓ ਮੇਂ 2-3 ਬੱਚੇ ਥੇ, ਸਭ ਬਚ ਗਏ। ਧੁੰਦ ਦੀ ਵਜ੍ਹਾ ਕਾਰਨ ਹੋਇਆ ਜੀ, ਬਹੁਤ ਜ਼ਿਆਦਾ ਧੁੰਦ ਸੀ, ਅੱਗੇ ਤੋਂ ਟਰੱਕ ਆ ਰਿਹਾ ਸੀ, ਹੋ ਸਕਦਾ ਕੋਈ ਟਰੱਕ ਵਾਲਾ ਪਾਸ ਕਰਦਾ ਹੋਵੇ ਜਾਂ ਓਵਰਟੇਕ ਕਰਦਾ ਹੋਵੇ, ਧੁੰਦ ਦੀ ਵਜ੍ਹਾ ਦੇ ਨਾਲ ਇਹ ਹਾਦਸਾ ਹੋਇਆ ਜੀ। ਬੱਸ ਆ ਰਹੀ ਸੀ ਹਬੋਰ ਸਾਈਡ ਤੋਂ ਜੀ। ਹਾਂਜੀ, ਰਾਜਸਥਾਨ ਦੀ ਗੱਡੀ ਆ ਜੀ, ਰਾਜ ਐਂਡ ਚੰਦਰਾ ਬੱਸ ਹੈ, ਗੰਗਾਨਗਰ ਤੋਂ ਆ ਰਹੀ ਸੀ।
ਜੰਮੂ ਜਾ ਰਹੇ ਸੀ। ਹਾਂਜੀ ਹਾਂਜੀ, ਸਵਾਰੀਆਂ ਨੇ ਸਾਰੀਆਂ ਨੇ ਭੱਜ ਤੋੜ ਕੇ ਸ਼ੀਸ਼ੇ ਵਗੈਰਾ ਤੋੜ ਕੇ ਗੱਡੀ ਦੇ ਵਿੱਚੋਂ ਬਾਹਰ ਕੱਢ ਲਈਆਂ ਸਵਾਰੀਆਂ। ਸਵਾਰੀਆਂ ਬਚਤ ਹੈ, ਡਰਾਈਵਰ ਤੇ ਕੁਝ ਚੋਟ ਆਈਆਂ ਜੀ। ਹਾਂਜੀ ਹਾਂਜੀ ਹਾਂਜੀ, ਕੈਂਟਰ ਦੇ ਡਰਾਈਵਰ ਦੇ ਵੀ ਔਰ ਬੱਸ ਵਾਲੇ ਡਰਾਈਵਰ ਦੇ ਵੀ ਕੋਈ ਫੈਕਚਰ ਫੂਚਰ ਹੋ ਗਿਆ ਜੀ, ਹੱਡੀਆਂ ਉਹ ਸਿਵਲ ਹੋਸਪਿਟਲ 'ਚ ਦਾਖਲ ਆ ਜੀ। ਫਿਰੋਜ਼ਪੁਰ ਦੀ ਸਾਈਡ ਤੋਂ ਟਰੱਕ ਆ ਰਿਹਾ ਸੀ ਜੀ, ਪੇਂਟ ਦਾ ਲੱਦਿਆ ਆ, ਅਤੇ ਫਾਜ਼ਿਲਕਾ ਦੀ ਸਾਈਡ ਤੋਂ ਬੱਸ ਆ ਰਹੀ ਸੀ, ਧੁੰਦ ਕਾਰਨ ਐਕਸੀਡੈਂਟ ਹੋ ਗਿਆ ਜੀ। ਜਾਨੀ ਮਾਨ ਲਈ ਨੁਕਸਾਨ ਕੋਈ ਨਹੀਂ ਹੋਇਆ, ਮਾਮੂਲੀ ਸੱਟਾਂ ਲੱਗੀਆਂ ਜੀ। ਜ਼ਖਮੀ ਹੋਏ ਨੇ ਕੋਈ? ਹਾਂ ਜ਼ਖਮੀ ਹੋਏ, ਮਾੜਾ ਮਾਮੂਲੀ ਹੋਏ ਜੀ। ਹਾਂਜੀ, ਆਮਦਨੀ ਸਾਹਮਣੇ ਵੱਜੇ ਨੇ? ਹਾਂ ਆਮਦਨੀ ਸਾਹਮਣੇ ਵੱਜੇ ਜੀ, ਧੁੰਦ ਕਾਰਨ ਵੱਜੇ ਜੀ। ਕੈਂਟਰ ਕੀ ਆ ਰਿਹਾ? ਕੈਂਟਰ ਤੋਂ, ਕੈਂਟਰ ਦੇ ਵਿੱਚ ਪੇਂਟ ਲੱਗਿਆ ਹੋਇਆ ਸੀ। ਕਿੱਥੋਂ ਆ ਰਿਹਾ ਜੀ? ਇਹ ਫਿਰੋਜ਼ਪੁਰ ਵਾਲੀ ਸਾਈਡ ਤੋਂ ਆ ਰਿਹਾ। ਬੱਸ ਫਾਜ਼ਿਲਕਾ ਦੀ ਸਾਈਡ ਤੋਂ ਆ ਰਹੀ ਸੀ। ਦੋਨਾਂ ਦਾ ਆਪਸੀ? ਹਾਂਜੀ, ਅਚਾਨਕ ਤੇ ਕੁਦਰਤੀ ਹੋ ਗਿਆ ਜੀ ਧੁੰਦ ਦੇ ਕਾਰਨ। ਹੁਣ ਕਾਰ ਵੀ ਕੋਈ ਨਹੀਂ ਕਰ ਰਹੇ ਨੇ ਕਿਉਂਕਿ ਬਸ ਟ੍ਰੈਫਿਕ ਦਾ ਜਾਮ ਬਹੁਤ ਜ਼ਿਆਦਾ ਲੱਗਾ ਜੀ। ਬਾਅਦ ਵਿੱਚ ਦੇਖਾਂਗੇ ਜੋ ਜੈਸੀ ਸੂਰਤ ਹੋਈ ਅਸੀਂ ਕਰ ਲੈਂਦੇ।